ਮੰਗਲ ਪ੍ਰਧਾਨ ਚੱਕ ਲਿਆ ਪੁਲਿਸ ਨੇ, ਆਹ ਦੇਖੋ ਸਾਰੇ ਚੱਕ ਲਿਆ, ਉਹ ਜਾ ਰਹੇ ਨੇ ਦੇਖੋ ਪ੍ਰਧਾਨ ਸਾਹਿਬ ਨੂੰ ਭਿੰਦਰ ਨਾਲ, ਸਾਨੂੰ ਵੀ ਦੇਖੋ ਦੇਖੋ ਪ੍ਰਧਾਨ ਸਾਹਿਬ ਨੂੰ ਲੱਗੀ ਪੰਜਾਬ ਸਰਕਾਰ, ਦੇਖੋ ਕਿਵੇਂ ਬੰਦੇ ਮਾਰਦਾ ਫੋਨ, ਜਰਕੜ ਫੋਨ ਮਾਰਦਾ ਜਰਕੜ ਪਿੰਡਾਂ 'ਚ ਤਸਵੀਰਾਂ ਸੰਗਰੂਰ ਦੇ ਧੂਰੀ ਦੇ ਅਲਾਲ ਰੇਲਵੇ ਸਟੇਸ਼ਨ ਦੀਆਂ ਹਨ, ਜਿੱਥੇ ਕਿ ਗੰਨਾ ਕਿਸਾਨਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਗੰਨਾ ਮਿੱਲ ਦੇ ਖਿਲਾਫ ਗੰਨੇ ਦੀ ਫਸਲ ਦੀ ਖਰੀਦ ਨਾ ਕਰਨ ਦੇ ਰੋਸ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨ ਲਈ ਬੈਠੇ ਸਨ ਅਤੇ ਉਹਨਾਂ ਨੇ ਰੇਲਵੇ ਟਰੈਕ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲਿਆ। ਅੱਜ ਸਵੇਰ ਤੋਂ ਹੀ ਪੁਲਿਸ ਵੱਲੋਂ ਇਹਨਾਂ ਦੀ ਗ੍ਰਿਫਤਾਰੀਆਂ ਘਰਾਂ ਦੇ ਵਿੱਚੋਂ ਵੀ ਕੀਤੀਆਂ ਜਾ ਰਹੀਆਂ ਸਨ। ਰੇਲਵੇ ਸਟੇਸ਼ਨ ਛੱਡ ਕੇ ਅਸੀਂ ਜਿਹੜਾ ਪਿੰਡ ਲਾਲ ਦਾ ਰੇਲਵੇ ਸਟੇਸ਼ਨ ਹੈ, ਰੇਲਵੇ ਸਟੇਸ਼ਨ ਦੇ ਲਾਈਨਾਂ ਦੇ ਉੱਪਰ ਬੈਠੀ ਆ, ਉਹਨਾਂ ਚਿਰ ਬੈਠੇ ਰਹਾਂਗੇ ਜਿੰਨਾ ਚਿਰ ਸਰਕਾਰ ਅਤੇ ਮਿੱਲ ਮੈਨੇਜਮੈਂਟ ਸਾਡੇ ਨਾਲ ਵਾਅਦਾ ਨਹੀਂ ਕਰਦੀ ਮਿੱਲ ਚਲਾਉਣ ਦਾ, ਬੀਜਿਆ ਗੰਨਾ ਖਰੀਦਣ ਦਾ, ਬਕਾਇਆ ਜਿਹੜੀ ਪੇਮੈਂਟ ਪਈ ਆ 2 ਸਾਲਾਂ ਦੀ ਜਿੰਨਾ ਚਿਰ ਉਹ ਨਹੀਂ ਦਿੰਦੇ। ਅਸੀਂ ਰੇਲਵੇ ਸਟੇਸ਼ਨ ਦੇ ਰੇਲ ਦੀਆਂ ਪਟੜੀਆਂ 'ਤੇ ਬੈਠੀਆਂ, ਸਰਕਾਰ ਚਾਹੇ ਸਾਡੇ 'ਤੇ ਗੋਲੀ ਚਲਾਵੇ, ਚਾਹੇ ਸਾਡੇ 'ਤੇ ਲਾਠੀ ਚਾਰਜ ਕਰੇ, ਚਾਹੇ ਸਾਨੂੰ ਗ੍ਰਿਫਤਾਰ ਕਰੇ, ਅਸੀਂ ਕਦੇ ਨਹੀਂ ਭੱਜਾਂਗੇ। ਅੱਜ ਵੱਡੇ ਤੜਕੇ ਸਾਡੇ ਆਗੂ ਘਰਾਂ 'ਚੋਂ ਪੁਲੀਸ ਨੇ ਚੱਕੇ ਨੇ, ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਇਹ ਨਾ ਤਾਂ ਪੁਲੀਸ ਦੇ ਚੱਕਣ ਤੋਂ ਸੰਘਰਸ਼ ਦਬਣੇ ਨੇ, ਨਾ ਪੁਲੀਸ ਦੀ ਲਾਠੀ ਨਾਲ ਦਬਣੇ ਨੇ, ਨਾ ਪੁਲੀਸ ਦੀਆਂ ਗੋਲੀਆਂ ਨਾਲ ਇਹ ਸੰਘਰਸ਼ ਦਬਣੇ ਨੇ। ਜਿਹੜੇ ਸਾਡੇ ਹੱਕੀ ਸਾਡੀ ਹੱਕੀ ਮੰਗਾਂ ਨੇ, ਇਹ ਵਾਜਬ ਨੇ, ਅਸੀਂ ਇਹਨਾਂ ਨੂੰ ਲਾਗੂ ਕਰਵਾਵਾਂਗੇ। ਅਸੀਂ ਦਿਲਣਾ ਜੀ ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।